ਚੋਣਾਂ ਦੀ ਜੰਗ 'ਚ ਲੀਡਰ ਸ਼ਬਦਾਂ ਦੇ ਤਿੱਖੇ ਤੀਰਾਂ ਨਾਲ ਵਿਰੋਧੀਆਂ ਨੂੰ ਛਲਣੀ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ। ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਅੰਮ੍ਰਿਤਸਰ 'ਚ, ਜਿੱਥੇ ਗੁਰਜੀਤ ਔਜਲਾ ਦੇ ਹੱਕ 'ਚ ਪ੍ਰਚਾਰ ਕਰਨ ਪਹੁੰਚੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਵਿਰੋਧੀਆਂ ਨੂੰ ਲੰਮੇ ਹੱਥੀਂ ਲਿਆ। ਬੁਲਾਰੀਆ ਦੇ ਨਿਸ਼ਾਨੇ 'ਤੇ ਰਹੇ ਬਿਕਰਮ ਸਿੰਘ ਮਜੀਠੀਆ। ਮਜੀਠੀਆ ਨੂੰ ਪੰਜਾਬ ਦਾ ਵਿਲਨ ਕਰਾਰ ਦਿੰਦੇ ਹੋਏ ਬੁਲਾਰੀਆ ਨੇ ਦੱਸਿਆ ਕਿ ਆਖਿਰ ਕਿਉਂ ਹਰਸਿਮਰਤ ਨੇ ਬਠਿੰਡਾ 'ਚ ਮਜੀਠੀਏ ਦੀ ਫੋਟੋ ਤੱਕ ਨਹੀਂ ਲਗਾਈ। ਗੱਦਾ ਦਿੱਤਾ ਨਾਰਾ, ਇਹਦੇ ਗੱਲ 'ਚ ਪੱਟੂ ਪੈਣ ਨਹੀਂ ਦੇਣਾ, ਮਜੀਠੀਆ ਟੱਟੂ ਰਹਿਣ ਨਹੀਂ ਦੇਣਾ। ਇਹ ਵੇਖ ਲਓ ਤੁਸੀਂ ਸੰਗਤ ਦਾ ਰਿਐਕਸ਼ਨ ਵੇਖਿਆ ਹੈਗਾ, ਉਹ ਵਿਲਨ ਆ, ਉਹ ਸਾਡੇ ਸ਼ਹਿਰ ਦਾ ਪੰਜਾਬ ਦਾ ਵਿਲਨ ਆ। ਹਰਸਿਮਰਤ ਬਾਦਲ ਨੇ ਉਹਦੀ ਕਿਤੇ ਫੋਟੋ ਨਹੀਂ ਲਾਈ ਬਠਿੰਡੇ 'ਚ, ਕਿਉਂਕਿ ਪਤਾ ਕਿ ਜੇ ਉਹਦੀ ਫੋਟੋ ਲੱਗ ਗਈ ਤੇ ਬਾਅਦ ਚੋਂ ਵੋਟਾਂ ਦਾ ਡੱਬਾ ਖਾਲੀ ਨਿਕਲਣਾ। ਇੱਥੋਂ ਵੀ ਗਾਇਬ ਕੀਤਾ ਹੋਇਆ, ਜਿੱਥੇ ਉਹਦਾ ਪਰਛਾਵਾਂ ਪੈਂਦਾ ਹਨੇਰਾ ਹੋ ਜਾਂਦਾ। ਬਿਕਰਮ ਮਜੀਠੀਆ ਪਹਿਲੇ ਕਹਿੰਦਾ ਸੀ ਮੈਂ ਮਾਝੇ ਦਾ ਜਰਨੈਲ ਆ, ਮੈਨੂੰ ਤੇ ਲੱਗਦਾ ਕੱਲੇ ਮਜੀਠੇ ਦਾ ਵੀ ਨਹੀਂ ਰਹਿਣਾ। ਤੁਸੀਂ ਵੇਖ ਲਓ ਰਿਜ਼ਲਟ ਕੀ ਆਉਂਦਾ, ਮਜੀਠੇ ਦੇ ਵੀ ਐਤਕੀ ਢੋਲ ਖੜਕੇ ਹੋਣਗੇ। ਇਸ ਦੇ ਨਾਲ ਹੀ ਬੁਲਾਰੀਆ ਨੇ ਅਕਾਲੀ ਭਾਜਪਾ ਦੀ ਚੋਣ ਰੈਲੀ 'ਚ ਖਾਲੀ ਕੁਰਸੀ ਤੇ ਵਿਅੰਗ ਕਸਦਿਆਂ ਕਿਹਾ ਕਿ ਅਕਾਲੀ ਭਾਜਪਾ ਪੱਲੇ ਕੁਝ ਨਹੀਂ ਰਿਹਾ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ, ਜਗਬਾਣੀ ਟੀਵੀ।